ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੁਸ਼ਿਆਰਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਕੇਤ ਦਿੱਤੇ ਹਨ ਕਿ ਸੂਬੇ ਵਿੱਚ ਜਲਦੀ ਹੀ ਸਿਹਤ ਵਿਭਾਗ ਨਾਲ ਸੰਬੰਧਿਤ ਵੱਖ ਵੱਖ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਹ ਅੱਜ ਹੁਸ਼ਿਆਰਪੁਰ ਦੇ ਦਸੂਹਾ ਵਿੱਚ ਸਿਵਲ ਹਸਪਤਾਲ ਦੇ ਵਿੱਚ 35 ਬੈੱਡ ਦੇ ਤਿਆਰ ਕੀਤੇ ਗਏ ਜੱਚਾ ਬੱਜਾ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਜਦ ਪੱਤਰਕਾਰਾਂ ਵੱਲੋਂ ਬਲਬੀਰ ਸਿੰਘ ਸਿੱਧੂ ਨੂੰ ਇਹ ਪੁੱਛਿਆ ਗਿਆ ਕਿ ਲਾਕਡਾਊਨ ਦੇ ਚੱਲਦਿਆਂ ਸ਼ਾਮ ਨੂੰ 7 ਵਜੇ ਬਾਕੀ ਦੁਕਾਨਾਂ ਤਾਂ ਬੰਦ ਕਰਵਾ ਦਿੱਤੀਆਂ ਜਾਂਦੀਆਂ ਹਨ ਪਰ ਸ਼ਰਾਬ ਦੇ ਠੇਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ, ਅਜਿਹਾ ਕਿਉਂ? ਤਾਂ ਮੰਤਰੀ ਸਾਹਿਬ ਦਾ ਜਵਾਬ ਸੁਣਨ ਹੀ ਵਾਲਾ ਸੀ। ਕੁੱਲ ਮਿਲਾ ਕੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਕੋਈ ਜਵਾਬ ਆਇਆ ਹੀ ਨਹੀਂ, ਜਿਸ ਦੀ ਕਿਸੇ ਨੂੰ ਸਮਝ ਵੀ ਨਹੀਂ ਆਈ ਕਿ ਉਹ ਕੀ ਕਹਿ ਗਏ ਹਨ। ਤੁਸੀਂ ਆਪ ਹੀ ਸੁਣੋ ਕਿ ਮੰਤਰੀ ਸਾਹਿਬ ਕਿਵੇਂ ਸ਼ਰਾਬ ਦੇ ਠੇਕਿਆਂ ਦੇ ਮੁੱਦੇ ਤੇ ਕਿਵੇਂ ਗੋਲਮੋਲ ਜਵਾਬ ਦੇ ਕੇ ਗੇਂਦ ਮੁੱਖ ਮੰਤਰੀ ਦੇ ਪਾਲੇ ਵਿੱਚ ਸੁੱਟ ਗਏ ਹਨ। ਜੱਚਾ ਬੱਚਾ ਹੋਸਪਿਟਲ ਹੈਗਾ ਅਤੇ ਆਮ ਤੌਰ 'ਤੇ ਹੁੰਦਾ ਸੀ, ਪਹਿਲਾਂ ਸਾਡੇ ਡਿਲੀਵਰੀਆਂ ਹੁੰਦੀਆਂ ਸੀ, ਉਸ ਕੋਮਨ ਹੀ ਹੋਸਪਿਟਲ ਹੁੰਦਾ ਸੀਗਾ, ਮਹਿਲਾ ਵਾਰਡ ਉੱਥੇ ਵੱਖਰਾ ਹੁੰਦਾ ਸੀਗਾ। ਠੀਕ ਹੈ। ਪਰ ਇਹ ਟੋਟਲੀ ਸਾਡਾ ਜਿਹੜੀ ਆ ਮੈਟਰਨਿਟੀ ਜਿਹੜੇ ਪੇਰੈਂਟ ਲੇਡੀ ਹੈਗੀਆਂ ਉਹਨਾਂ ਵਾਸਤੇ ਡਿਲੀਵਰੀ ਇੱਥੇ ਹੋਣੀ ਹੈ ਅਤੇ ਉਹ ਜੱਚੇ ਦਾ ਬੱਚਾ ਦੋਨਾਂ ਦਾ ਤਕਰੀਬਨ ਪੂਰਾ ਧਿਆਨ ਰੱਖਿਆ ਜਾਣਾ ਕਿ ਇਨਫੈਕਸ਼ਨ ਨਾ ਹੋਵੇ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਹੋਏ। ਸਰ, ਸਭ ਤੋਂ ਵੱਡੀ ਗੱਲ ਹੈ ਕਿ ਕੋਰੋਨਾ ਮਹਾਂਮਾਰੀ ਚੱਲਦੀ ਪਈ, ਉੱਥੇ ਕਿ ਹੁਸ਼ਿਆਰਪੁਰ ਵਿੱਚ ਇੱਕ 2 ਵੈਂਟੀਲੇਟਰ ਜਿਹੜੇ ਹੈਗੇ ਡੋਨੇਟ ਕੀਤੇ ਗਏ, ਲੇਕਿਨ ਸਟਾਫ ਦੀ ਕਮੀ ਕਰਕੇ ਅੱਜ ਤੱਕ ਉਹ ਪੈਕਿੰਗ ਹੀ ਪਈ ਆ, ਉਹ ਅੱਜ ਤੱਕ ਸ਼ੁਰੂਆਤ ਨਹੀਂ ਹੋ ਸਕੀ, ਇੱਕ ਵੱਡੀ ਤਰਾਸਦੀ। ਜੋ ਗੱਲ ਇੱਦਾਂ ਹੈਗੀ ਆ ਕਿ ਜਿਹੜਾ ਵੈਂਟੀਲੇਟਰ ਦੀ ਗੱਲ ਹੈ, ਅਸੀਂ ਸਟਾਫ ਭਰਤੀ ਕਰਨ ਜਾ ਰਹੇ ਹਾਂ। ਵੈਂਟੀਲੇਟਰ ਲਾਉਣਾ ਵਾਲੀ ਵੱਡੀ ਗੱਲ ਨਹੀਂ, ਵੈਂਟੀਲੇਟਰ ਵਾਸਤੇ ਸਟਾਫ ਨੂੰ ਟੈਕਨੀਸ਼ੀਅਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹਦੇ ਵਾਸਤੇ ਤਕਰੀਬਨ ਹੁਣ ਸਾਨੂੰ ਲੋੜ ਪਈ ਆ, ਸਾਰੇ ਦੁਨੀਆ 'ਚ ਇਹਦੀ ਮਹਾਂਮਾਰੀ ਸੀਗੀ ਕਿ ਉਹ ਕਮੀ ਇਸ ਗੱਲ ਦੀ ਮਹਿਸੂਸ ਹੋਈ ਹੈ, ਮਸ਼ੀਨਰੀ ਆ ਜਾਂਦੀ ਹੈ ਪਰ ਚਲਾਉਣ ਵਾਲਾ ਨਹੀਂ ਹੁੰਦਾ। ਅਸੀਂ ਫਿਰ ਪ੍ਰੋਪਰ ਤਰੀਕੇ ਨਾਲ ਸਾਰੇ ਭਰਤੀ ਕਰਨ ਜਾ ਰਹੇ ਹਾਂ। ਕੱਲ੍ਹ ਦੀ ਜਿਹੜੀ ਪਰਸੋਂ ਦੀ ਕੈਬਨਿਟ ਮੀਟਿੰਗ 'ਚ ਸਾਡਾ ਏਜੰਡਾ ਆਏਗਾ ਅਤੇ ਉਹ 'ਚ ਪਾਸ ਕਰਾਂਗੇ। ਸਰ, ਕਿੰਨੇ ਚਿਰ 'ਚ ਆਪਾਂ ਇਹ ਭਰਤੀ ਕਰ ਲਾਂਗੇ? ਭਰਤੀ ਅਸੀਂ ਬੜੇ ਸ਼ੋਰਟ ਟਾਈਮ 'ਚ ਕਰ ਰਹੇ ਹਾਂ, 1-1.5 ਮਹੀਨੇ 1.5 ਮਹੀਨੇ 'ਚ ਭਰਤੀ ਕਰ ਲਾਂਗੇ। ਸਰ, ਬਹੁਤ ਸਾਰੇ ਡਾਕਟਰ ਜਿਹੜੇ ਹੈਗੇ ਰਿਟਾਇਰ ਹੋ ਗਏ ਚੁੱਕੇ, ਪਰ ਲੇਕਿਨ ਉਹਨਾਂ ਦੀ ਜਗ੍ਹਾ 'ਤੇ ਕੁਝ ਨਵੇਂ ਡਾਕਟਰਾਂ ਦੀ ਅਪੁਆਇੰਟਮੈਂਟ ਨਹੀਂ ਹੋ ਰਹੀ, ਉਹਨਾਂ ਨੂੰ ਹੀ ਦੁਬਾਰਾ ਰੱਖਿਆ ਜਾ ਰਿਹਾ? ਨਹੀਂ, ਉਹਦਾ ਕਾਰਨ ਸੀਗਾ ਜਿਹੜਾ ਭਰਤੀ ਕਰਨ ਦਾ ਪ੍ਰੋਸੈਸ ਹੁੰਦਾ। ਅਸੀਂ ਆਪਣੇ ਡਾਕਟਰਾਂ ਇਸ ਜਿੰਨੇ ਬੰਦੇ 7000 ਬੰਦੇ ਨੇ ਰਿਟਾਇਰ ਹੋ ਜਾਣਾ ਸੀਗਾ, ਜੇ ਅਸੀਂ ਰਿਟਾਇਰ ਕਰ ਦਿੰਦੇ ਤਾਂ ਅੱਜ ਹਾਲਾਤ ਇਹ ਹੋਣੇ ਸੀ ਕਿ ਸਾਨੂੰ ਲੜਾਈ ਲੜਨ ਵਾਸਤੇ ਫੌਜ ਨਹੀਂ ਚਾਹੀਦੀ ਹੋਣੀ ਸੀ। ਹੁਣ ਅਸੀਂ ਭਰਤੀ ਕਰ ਲਾਂਗੇ 1.5-2 ਮਹੀਨੇ 3 ਮਹੀਨੇ 'ਚ। ਪਹਿਲਾਂ ਤਾਂ ਇਹ PPC ਥਰੂ ਭਰਤੀ ਹੁੰਦੇ ਸੀਗੇ, PPC ਰਾਹੀਂ, ਲੇਕਿਨ ਹੁਣ ਅਸੀਂ ਉਸ ਪ੍ਰਵੀ 'ਚੋਂ ਕੱਢ ਕੇ ਸਿੱਧੇ ਡਾਇਰੈਕਟ ਅਸੀਂ ਟੈਸਟ ਲਵਾਂਗੇ। ਮਤਲਬ ਕਿ ਕੰਮ ਚਲਾਉਣ ਵਾਸਤੇ ਅਸੀਂ ਆਪਣਾ ਟਾਈਮ ਲਾਉਣ ਵਾਸਤੇ? ਹਾਂ, 3-9 ਤੱਕ ਦਾ ਸਾਨੂੰ ਟਾਈਮ ਦਿੱਤਾ ਗਿਆ, 3-9 ਤੋਂ ਪਹਿਲਾਂ ਵਾਲਾ ਸਾਰੀ ਭਰਤੀ ਕਰ ਲਾਂਗੇ। ਪ੍ਰਦੇਸ਼ ਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੀਆਂ ਦੁਕਾਨਾਂ ਆ, ਉਹਨਾਂ ਦੇ ਉੱਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਪ੍ਰਤੀਬੰਧ ਲਗਾ ਦਿੱਤਾ ਜਾਂਦਾ, ਲੇਕਿਨ ਜਿਹੜੇ ਸ਼ਰਾਬ ਦੇ ਠੇਕੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਆ। ਕਿਆ ਸਰਕਾਰ ਜਿਹੜਾ ਹੈਗਾ ਸ਼ਰਾਬ ਨੂੰ ਬੜਾਵਾ ਦੇ ਰਹੀ ਕਿਤੇ ਨਾ ਕਿਤੇ? ਬਿਲਕੁਲ ਨਹੀਂ। ਦੇਖੋ, ਸਰਕਾਰ ਦਾ ਠੇਕੇ ਵਾਲਾ ਦਾ ਜਿਹੜਾ ਆਕਸ਼ਨ ਹੁੰਦੀ ਹੈ ਉਹ 'ਚ ਬਕਾਇਦਾ ਟਾਈਮ ਲਿਖਿਆ ਜਾਂਦਾ ਔਰ ਉਹ 'ਚ ਰੈਵਨਿਊ ਇਨਵੋਲਵ ਹੁੰਦਾ ਹੈ। ਜੇ ਉਹ ਬੰਦਾ ਦੁਕਾਨ ਜਿਹੜਾ ਬੰਦਾ ਦੁਕਾਨ ਬੰਦ ਕਰਦਾ ਹੈ ਉਹ 7 ਵਜੇ ਤੋਂ ਬਾਅਦ ਜਾ ਕੇ ਸ਼ਰਾਬ ਖਰੀਦ ਜਾਊਗਾ, ਬਾਅਦ ਪਹਿਲਾਂ ਚਲੇ ਜਾਊਗਾ ਔਰ ਉਹਦੇ ਰੈਵਨਿਊ ਇਨਵੋਲਵ ਹੁੰਦਾ ਹੈ। ਜੇ ਉਹ ਬੰਦਾ ਦੁਕਾਨ ਜਿਹੜਾ ਬੰਦਾ ਦੁਕਾਨ ਬੰਦ ਕਰਦਾ ਹੈ ਉਹ 7 ਵਜੇ ਤੋਂ ਬਾਅਦ ਜਾ ਕੇ ਸ਼ਰਾਬ ਖਰੀਦ ਜਾਊਗਾ, ਬਾਅਦ ਪਹਿਲਾਂ ਚਲੇ ਜਾਊਗਾ। ਜਿਹੜਾ ਬੰਦਾ ਦੁਕਾਨ ਬੰਦ ਕਰਦਾ ਹੈ ਉਹ 7 ਵਜੇ ਤੋਂ ਬਾਅਦ ਜਾ ਕੇ ਸ਼ਰਾਬ ਖਰੀਦ ਜਾਊਗਾ, ਬਾਅਦ ਪਹਿਲਾਂ ਚਲੇ ਜਾਊਗਾ। ਇਹ ਜਿਹੜੇ ਚੀਜ਼ਾਂ ਨੇ ਉਹ ਸਰਕਾਰ ਦਾ, ਇਹ ਮੇਰੇ ਪਰਿਵਾਰ ਜੀ ਨੇ CM ਸਾਹਿਬ ਨੂੰ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।